ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਤਾ ਹੈ। ਡੰਡੀ ਸ੍ਰਿਸ਼ਟੀ ਦੇ ਆਰੰਭ ਤੋਂ ਹੀ ਮਨੁੱਖ ਅਤੇ ਰੁੱਖਾਂ ਵਿਚਕਾਰ ਡੂੰਘੇ ਸੰਬੰਧ ਰਹੇ ਹਨ। ਡੰਡੀ ਇਹਨਾਂ ਤੋਂ ਬਿਨਾਂ ਨਾ ਤਾਂ ਅਸੀਂ ਸਾਹ ਲੈ ਸਕਦੇ ਹਾਂ ਅਤੇ ਨਾ ਹੀ ਆਪਣਾ ਪੇਟ ਪਾਲ ਸਕਦੇ ਹਾਂ। ਡੰਡੀ ਮਨੁੱਖ ਅਤੇ ਰੁੱਖਾਂ ਦੇ ਨੇੜਲੇ ਸੰਬੰਧਾਂ ਨੂੰ ਲੋਕ ਗੀਤਾਂ ਵਿੱਚ ਵੀ ਭਲੀ ਭਾਂਤ ਪੇਸ਼ ਕੀਤਾ ਗਿਆ ਹੈ। ਡੰਡੀ ਇਹਨਾਂ ਰੁੱਖਾਂ ਹੇਠ ਬੈਠ ਕੇ ਹੀ ਰਿਸ਼ੀਆਂ ਮੁਨੀਆਂ ਨੇ ਤਪ ਕੀਤੇ ਅਤੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦੇ ਉਪਰਾਲੇ ਜੁਟਾਏ। ਡੰਡੀ ਇਹ ਰੁੱਖ ਸਾਡੇ ਸੱਭਿਆਚਾਰਕ ਜੀਵਨ ਦਾ ਵੀ ਪ੍ਰਤੀਕ ਹਨ। ਡੰਡੀ ਬੋਹੜਾਂ ਪਿੱਪਲਾਂ ਅਤੇ ਨਿੰਮ ਹੇਠਾਂ ਪੈਂਦੀਆਂ ਪੀਂਘਾਂ ਸਾਡੇ ਪੇਂਡੂ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹਨ। ਡੰਡੀ ਰੁੱਖ ਜਿੱਥੇ ਸਾਨੂੰ ਫਲ ਫੁੱਲ ਅਤੇ ਕੀਮਤੀ ਲੱਕੜੀ ਦੇ ਕੇ ਆਰਥਿਕ ਪੱਖੋਂ ਮਜ਼ਬੂਤ ਕਰਦੇ ਹਨ, ਉੱਥੇ ਇਹਨਾਂ ਦੀਆਂ ਜੜ੍ਹਾਂ ਪੱਤਿਆਂ ਛਿੱਲੜਾਂ ਫਲਾਂ ਅਤੇ ਫੁੱਲਾਂ ਤੋਂ ਅਨੇਕਾਂ ਕਿਸਮਾਂ ਦੀਆਂ ਅਜਿਹੀਆਂ ਦਵਾਈਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਸਾਨੂੰ ਮਾਰੂ ਰੋਗਾਂ ਤੋਂ ਬਚਾਉਂਦੀਆਂ ਹਨ। ਡੰਡੀ ਇਹ ਹਵਾ ਨੂੰ ਸਾਫ਼ ਰੱਖਦੇ ਹਨ ਅਤੇ ਵਾਤਾਵਰਨ ਨੂੰ ਸੁਖਾਵਾਂ ਬਣਾਉਂਦੇ ਹਨ। ਡੰਡੀ ਇਹ ਮਨੁੱਖ ਦੁਆਰਾ ਛੱਡੀ ਗਈ ਕਾਰਬਨ ਡਾਈਆਕਸਾਈਡ ਗੈਸ ਨੂੰ ਗ੍ਰਹਿਣ ਕਰਦੇ ਹਨ ਅਤੇ ਸਾਡੇ ਜੀਵਨ ਦੀ ਸਰੋਤ ਆਕਸੀਜਨ ਬਾਹਰ ਕੱਢਦੇ ਹਨ। ਡੰਡੀ ਫੈਕਟਰੀਆਂ ਅਤੇ ਵਾਹਨਾਂ ਦੇ ਧੂੰਏ ਨੂੰ ਪ੍ਰਭਾਵ ਨੂੰ ਘਟਾਉਣ ਵਿੱਚ ਵੀ ਇਹ ਰੁੱਖ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਡੰਡੀ ਇਹ ਵਰਖਾ ਲਿਆਉਣ ਵਿੱਚ ਸਾਡੀ ਮਦਦ ਕਰਦੇ ਹਨ, ਧਰਤੀ ਨੂੰ ਖੁਰਨ ਤੋਂ ਰੋਕਦੇ ਹਨ, ਹੜ੍ਹਾਂ ਤੋਂ ਬਚਾ ਕਰਦੇ ਹਨ ਅਤੇ ਇਹਨਾਂ ਦੇ ਗਲੇ ਸੜੇ ਪੱਤੇ ਧਰਤੀ ਨੂੰ ਉਪਜਾਊ ਬਣਾਉਂਦੇ ਹਨ। ਡੰਡੀ ਇਸ ਤਰ੍ਹਾਂ ਰੁੱਖ ਪ੍ਰਕਿਰਤਿਕ ਸੁੰਦਰਤਾ ਨੂੰ ਬਰਕਰਾਰ ਰੱਖਦੇ ਹਨ। ਡੰਡੀ ਰੁੱਖ ਪਸ਼ੂਆਂ ਅਤੇ ਪੰਛੀਆਂ ਲਈ ਰਹਿਣ ਬਸੇਰਾ ਵੀ ਹਨ। ਡੰਡੀ ਇਹ ਰੁੱਖ ਹੀ ਹਨ ਜਿਹੜੇ ਆਪਣੇ ਉੱਪਰ ਜੇਠ ਹਾੜ ਦੀਆਂ ਧੁੱਪਾਂ ਸਹਿ ਕੇ ਸਾਨੂੰ ਠੰਡੀ ਛਾਂ ਪ੍ਰਦਾਨ ਕਰਦੇ ਹਨ ਅਤੇ ਪੋਹ ਮਾਘ ਦੇ ਕੱਕਰ ਵਿੱਚ ਵੀ ਸ਼ਾਂਤ ਚਿੱਤ ਰਹਿੰਦੇ ਹਨ। ਡੰਡੀ ਇਹ ਸਾਡੇ ਘਰਾਂ ਖੇਤਾਂ ਅਤੇ ਸੜਕਾਂ ਦਾ ਸ਼ਿੰਗਾਰ ਹਨ। ਡੰਡੀ ਇਹ ਲੱਖਾਂ ਲੋਕਾਂ ਦੀ ਉਪਜੀਵਿਕਾ ਦਾ ਸਾਧਨ ਹਨ। ਡੰਡੀ ਇਹਨਾਂ ਦੀ ਭਾਂਤ ਭਾਂਤ ਦੀ ਲੱਕੜੀ ਸਾਡੇ ਘਰਾਂ ਦੀ ਸਜਾਵਟ ਹੈ, ਇਮਾਰਤਾਂ ਅਤੇ ਹੋਰ ਉਦਯੋਗਾਂ ਨੂੰ ਚਲਾਉਣ ਵਿੱਚ ਸਹਾਈ ਹੁੰਦੀ ਹੈ। ਡੰਡੀ ਇਹਨਾਂ ਫਾਇਦਿਆਂ ਦੇ ਬਾਵਜੂਦ ਇਨਸਾਨ ਬਿਨਾਂ ਕੁਝ ਸੋਚੇ ਸਮਝੇ ਇਹਨਾਂ ਦੀ ਕਟਾਈ ਕਰ ਰਿਹਾ ਹੈ, ਜਦੋਂ ਕਿ ਲੋੜ ਇਸ ਗੱਲ ਦੀ ਹੈ ਕਿ ਮਨੁੱਖ ਰੁੱਖਾਂ ਦੀ ਮਹੱਤਤਾ ਨੂੰ ਸਮਝ ਕੇ ਇਹਨਾਂ ਨੂੰ ਸੁਰੱਖਿਅਤ ਰੱਖਣ ਦਾ ਪ੍ਰਯਤਨ ਕਰੇ। ਡੰਡੀ ਸੰਖੇਪ ਵਿੱਚ ਲਿਖਿਆ ਜਾਂਦਾ ਹੈ ਕਿ ਰੁੱਖ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹਨ। ਡੰਡੀ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਵਾਤਾਵਰਨ ਨੂੰ ਸਾਫ਼ ਰੱਖਣ ਅਤੇ ਕੁਦਰਤੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਉਹਨਾਂ ਦੀ ਸੰਭਾਲ ਕਰੀਏ।
ਡੰਡੀ।